Bismillahirrahmanirrahim. Assalamu Alaikum friends. Welcome to our channel Dawn with Fun. Today, I am going to show Friesian chicks, yani baby, jehde hage, unna di video leke aaya wa. Te eh mashallah takriban 20 din de ya. Te eh mashallah 5 chicks te tanu inshallah nazar aa hi rahe honge. दो वह खेलन रहे या दो इतनों पीना तो एक पीछे खड़ा हुआ एक सैड थे दूसरी सैड थे बनिया हुआ ते इन्हें मैं दूध पिलाऊं दे हो ये भी तान तो खामा का दो तीन इन्हें क्या पिलाया जानता हुआ ते कैसी चीज़ें जरिए इन्हें दूध पिलाया जानता हुआ ते इन्हें दे किने दिन दे तान दासी दिता ते इन्हें तकरीबन 2 लीटर फी चेक सना जेड़े फी बच्चा जेड़ा हुआ ਇਹਨੂੰ 2 ਲੀਟਰ ਦੁੱਧ ਪਿਲਾਇਆ ਜਾਂਦਾ ਇੱਕ ਟਾਈਮ ਅਤੇ ਇਹਨਾਂ ਨੂੰ ਤਕਰੀਬਨ 2 ਟਾਈਮ ਦੁੱਧ ਪਿਲਾਇਆ ਜਾਂਦਾ 2 ਤੋਂ 3 ਟਾਈਮ 2-2 ਕਿਲੋ ਦੁੱਧ ਜਿਹੜਾ ਇਹਨੂੰ ਪਿਲਾਇਆ ਜਾਂਦਾ 2 ਟਾਈਮ 2-2 ਕਿਲੋ ਅਤੇ ਇਹਦੇ ਅਗਰ ਜ਼ਿਆਦਾ ਦੁੱਧ ਪਿਲਾ ਦਈਏ ਤਾਂ ਇਹ ਬਿਮਾਰ ਹੋ ਕੇ ਮਰ ਵੀ ਸਕਦੇ ਇਸ ਤੋਂ ਇਹਨਾਂ ਨੂੰ ਸਿਰਫ 2 ਲੀਟਰ ਦੁੱਧ ਹੀ ਪਿਲਾਇਆ ਜਾਂਦਾ ਜਿਹੜੀ ਨਾ ਜਿਹਨਾਂ ਇਹ ਸਹੀ ਰਹਿੰਦੇ ਆ ਅਤੇ ਹੈਲਦੀ ਰਹਿੰਦੇ ਅਤੇ ਜਿੱਦਾਂ ਜਿੱਦਾਂ ਇਹਨਾਂ ਦੀ ਗਰੋਥ ਹੋਈ ਜਾਂਦੀ ਆ ਯਾਨੀ ਇਹਨਾਂ ਦੇ ਏਜ ਜ਼ਿਆਦਾ ਹੁੰਦੀ ਜਾਂਦੀ ਆ ਉਦਾਂ ਹੀ ਇਹਨਾਂ ਦਾ ਜਿਹੜਾ ਵਾ ਦੁੱਧ 'ਚ ਵੀ ਇਜ਼ਾਫਾ ਹੁੰਦਾ ਜਾਂਦਾ ਵਾ ਯਾਨੀ ਜ਼ਿਆਦਾ ਦੁੱਧ ਕਰਦੇ ਜਾਂਦੇ ਆ ਯਾਨੀ ਜੇ 2.5 ਮੰਥ ਦੀ 2 ਮੰਥ ਦੀ ਹੋ ਗਈ ਆ ਉਹਨੂੰ ਬੱਚਾ ਜਿਹੜਾ ਹੋ ਗਿਆ ਉਹਨੂੰ ਤਕਰੀਬਨ ਇਹਨਾਂ ਨੇ 2.5 ਕਿਲੋ ਦੁੱਧ ਦੇਣ ਲੱਗ ਪੈਣਾ 2.5 ਤੋਂ 3 ਕਿਲੋ ਇੰਨਾ ਇੱਦਾਂ ਹੌਲੀ ਹੌਲੀ ਵੱਧਦਾ ਜਾਂਦਾ ਇਹਨਾਂ ਦਾ ਦੁੱਧ ਅਤੇ ਇਸ ਹਿਸਾਬ ਨਾਲ ਮਾਸ਼ਾਅੱਲਾ ਸਹੀ ਹੈਲਦੀ ਰਹਿ ਜਾਂਦੇ ਆ ਦੇਖ ਦੇਖਦੇ ਸਾਰੇ ਮਾਸ਼ਾਅੱਲਾ ਹੈਲਦੀ ਬੱਚੇ ਆ ਕੋਈ ਕਮਜ਼ੋਰ ਨਹੀਂ ਗਾ ਅਤੇ ਕਲਰ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਲਰ ਵੀ ਇੱਕ ਜਿਹਾ ਹੀ ਆ ਇੱਕੋ ਵਰਗੇ ਸਾਰੇ ਸੇਮ ਟੂ ਸੇਮ ਆ ਅਤੇ ਇਹਨਾਂ ਇਹ ਇੰਜੈਕਸ਼ਨ ਰਖਾਏ ਜਾਂਦੇ ਆ ਅਤੇ ਡਿਫਰੈਂਟ ਇੰਜੈਕਸ਼ਨ ਹੁੰਦੇ ਆ ਅਤੇ ਬਾਕੀ ਦੁੱਧ ਦੇ ਬਾਰੇ ਪੁੱਛਦੇ ਹਾਂ ਦੱਸਦੇ ਹਾਂ ਚਲੋ ਦੁੱਧ ਫੁਲਾਇਆ ਜਾਂਦਾ ਅਤੇ ਫਿਰ ਸਹੀ ਇਹਨਾਂ ਦੀ ਗਰੋਥ ਹੋ ਜਾਂਦੀ ਜ਼ਿਆਦਾ ਪੀ ਲੈਣ ਅਤੇ ਫਿਰ ਇਹਨਾਂ ਨੂੰ ਮੋਕ ਵੀ ਲੱਗ ਜਾਂਦੀ ਤਬੀਅਤ ਵੀ ਇਹਨਾਂ ਦੀ ਠੀਕ ਨਹੀਂ ਰਹਿੰਦੀ ਅਤੇ 2 ਲੀਟਰ ਨਾਲ ਠੀਕ ਹੀ ਰਹਿੰਦੇ ਆ ਮਾਸ਼ਾਅੱਲਾ ਦੇਖ ਸਕਦੇ ਤੁਸੀਂ 15-15-20 ਵਿਧੀਆਂ ਦੇ ਹੋ ਗਏ ਆ ਤਾਂ ਦੇਖ ਲਓ ਹੈਲਦੀ ਵੀ ਮਾਸ਼ਾਅੱਲਾ ਠੀਕ ਆ ਇਹਨਾਂ 2 ਲੀਟਰ ਹੀ ਦੁੱਧ ਪਿਲਾਉਂਦੇ ਆ ਨਾ ਪੱਕਾ ਇੱਕ ਨੂੰ 2 ਲੀਟਰ 2-2 ਲੀਟਰ ਇਹਨੂੰ ਇਹਨਾਂ ਨੂੰ ਪਿਲਾਉਂਦੇ ਆ ਅਤੇ ਦੋ ਟਾਈਮ ਪਿਲਾਉਂਦੇ ਦੋ ਟਾਈਮ ਜੀ 2-2 ਲੀਟਰ ਇਹਨਾਂ ਨੂੰ ਅਤੇ 2.5 ਲੀਟਰ ਇਹਨੂੰ ਆਹ ਵੱਡੀ ਨਹੀਂ ਆਹ ਨਹੀਂ ਖਾਣ ਲੱਗੀ ਪੱਠੇ ਪੱਠੇ ਨਹੀਂ ਖਾਣ ਲੱਗੇ ਇਹ ਵੀ ਪਿਲਾਉਂਦੇ ਮਾਸ਼ਾਅੱਲਾ ਜੀ ਦੁੱਧ ਪਿਲਾਉਂਦੇ ਨਾਲ ਪੱਠੇ ਖਾਂਦੀ ਆ ਤਾਂ ਦੇਖ ਲਓ ਤੁਸੀਂ ਆਪੇ ਹੈਲਦੀ ਕਿੰਨੀ ਮਾਸ਼ਾਅੱਲਾ ਠੀਕ ਠਾਕ ਸੋਹਣੀ ਕੀ ਨਾਂ ਰੱਖਿਆ ਇਹਦਾ ਸੋਹਣੀ ਪਿਆਰੀ ਸੋਹਣੀ ਨਾਂ ਰੱਖਿਆ ਸੋਹਣੀ ਮਾਸ਼ਾਅੱਲਾ ਠੀਕ ਆ ਕਲਰ ਵੀ ਜ਼ਬਰਦਸਤ ਆ ਡਾਰਕ ਕਲਰ ਆ ਬਹੁਤ ਪਿਆਰੀ ਲੱਗਣ ਡਈ ਹੈ ਜਾਨਵਰ ਤਾਂ ਮਾਸ਼ਾਅੱਲਾ ਸਾਰੇ ਖੂਬਸੂਰਤ ਹੁੰਦੇ ਆ ਦੇਖਣ ਨੂੰ ਵੀ ਖੂਬਸੂਰਤ ਲੱਗਦੇ ਆ ਹਰ ਕਿਸੇ ਦੀ ਆਪਦੀ ਪਰਸਨੈਲਿਟੀ ਹੁੰਦੀ ਇੱਥੇ ਇਹਨਾਂ ਦੀ ਅਲੱਗ ਪਰਸਨੈਲਿਟੀ ਆ ਦੇਖ ਲਓ ਮਾਸ਼ਾਅੱਲਾ ਜੀ ਅਤੇ ਬਸ ਜੇ ਤੁਹਾਨੂੰ ਵੀਡੀਓ ਪਸੰਦ ਆ ਗਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਦੱਸ ਦਿਓ ਕਿ ਕਿੱਦਾਂ ਦੀ ਲੱਗੀ ਅਤੇ ਇਨਸ਼ਾਅੱਲਾ ਤੁਹਾਡੇ ਲਈ ਇੱਦਾਂ ਦੀ ਹੋਰ ਵੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅਤੇ ਦੁਆਵਾਂ ਵਿੱਚ ਯਾਦ ਰੱਖਿਓ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ 'ਚ ਅੱਲਾ ਹਾਫਿਜ਼